अस्सलाम वालेकुम जी। अस्सलाम वालेकुम जी। वालेकुम सलाम। की हाल जे? शुक्र है। ठीक ठाक हो? खैर खैरियत? माशाल्लाह। तो की नाम जे अपना? बशीर मोहम्मद। बशीर मोहम्मद साहब। तो माशाल्लाह कितनी उम्र अपनी? उम्र का हो माशाल्लाह 80-70 दी है। 80 साल उम्र है माशाल्लाह। हां ये नहीं। जो पाकिस्तान बनया वो तुम्हारी कितनी उम्र सी? वो तो 12 साल दा सी। उदो 12 साल दे सी। ते पिंड केड़ा सी? पिंड सी करते पे हो? अग पाने पे हैं। इन्हू की कहते ने? हुक्का। बचपन तू पींदे आ रहे हो? बचपन दे। अच्छा ते ए जेड़ा हुक्का वा ए जिम्मेदारा वास लिया? हां जी। अजो मरीज ने सारी ने चाह उजा जी जी। कोई इथे बैठ गया, कोई उथे बैठ गया, कोई अंदर बैठ गया। अच्छा। कोई चाह पीण लग गया। अच्छा। बस वा हुण आही कम रहना बस। ए जेड़ा हुक्का वा ए च तंबाकू पौंदे हो, गुड़ पौंदे हो ते मुड़ के नु खिचदे हो, धुआं अपने कर दा। ए तन्नू बीमार नहीं करदा? तन्नू ना ना नहीं बीमार नहीं करता। एदा की फायदा की है? एदा फायदा की ए तो एदा हुका है, हुका ना होवे। हां जी। ते कई बंदे असी देखे है। हां जी। इथे आप दे जी जी ओ हुका नहीं छड़दे, रोजा छड़दे। अच्छा। हुका नहीं छड़दे, रोजा छड़दे है? रोजा छड़दे। ए हुका ऐसी चीज है? बस ऐसी चीज है जी, पाले ही जी होगी। अच्छा। हुन मेनू बुखार जा कर चढ़या सी। अच्छा जी। ओवा भी उठ नहीं होना मतलब। अच्छा जी। ओ रोटी राटी खाती सी, मुंडा चले गया करने गए जी जी। ओ कुसर ने पठे। अच्छा। ये तो कुत्ता के लाके चले गए थे अब्बा तू उठ करता। हाँ वो पानी पूरा। अच्छा जी। जा बना तो सी आन के पौने। अच्छा जी। ये पट्ठे को देरी। अच्छा चंगा। अच्छा। वो मुड़े नहीं अभी। अच्छा। कल आए होने। अच्छा। ऐ तो गया के टाणा मरीज का बैठा। अच्छा। सारा अंदर पर है मैं जाओ। ए जो हुका धर दियो ये कितना देर कट जांदा? ये हुन शाम दिन छपा देना। यानी शाम तक चलता रहना? शाम तक लोका खिचदे रहना, धुआं कढ़दे रहना। इशा दी बांग तक चलता जी। अच्छा। ये गुड़गुड़ हुंदी रहनी है? हां। ते फिर इहदे च दुबारे अग पौनी है जिहड़ी रात नूं पींदे ने। अच्छा। फिर अग पा के फिर? हां फिर रात नूं रात दे 11-12 बजे फिर खड़ा कर। ते कहंदे जिहड़ा तंबाकू हुंदा इह वी कोई किस्म दी कोई कौड़ा तंबाकू ਹੁੰਦਾ ਕੁਝ? ਤਮਾਕੂ ਬਹੁਤ ਦੋ। ਅੱਛਾ। ਆਪਣਾ ਹੀ ਬੀਜੀ ਅਸੀਂ। ਅੱਛਾ। ਤੇ ਤੁਸੀਂ ਆਪ ਬੀਜਦੇ ਹੋ ਤਮਾਕੂ? ਹਾਂ ਆਪ ਇਸਤੇਮਾਲ ਕਰਦੇ? ਬਿਲਕੁਲ। ਅੱਛਾ। ਕਸ਼ੀਆਂ ਕਲੇ ਤੋਨੇ ਸਭ ਸੂਤਰਾ ਦਬਣਾ। ਅੱਛਾ। ਬੜੀ ਜੀ ਖੇਤਲ ਬਹੁਤ। ਯਾਨੀ ਇਹਦਾ ਹੁੱਕਾ ਵਾ ਇਹ ਵੀ ਬੰਦਿਆਂ ਨੂੰ ਇਕੱਠਿਆਂ ਕਰਨ ਦਾ ਬਹਾਨਾ ਵਾ? ਹਾਂ ਹਾਂ ਤੇ ਹੋਰ ਬਹਾਨਾ ਹੀ ਹੈ ਬਹਾਨਾ। ਇੱਥੇ ਛੜ ਕੁਝ ਲੈ ਕੇ ਬਹਿ ਜਾਂਦਾ ਉਹ ਵਾ ਕੁਝ ਕੋਟ ਲੈ ਜਾਂਦੇ ਚੱਲਦੇ ਆ ਜਾ। ਅੱਛਾ। ਉਹ ਬਾਬਾ ਜੀ ਇੱਥੇ ਜਾਣਾ ਲੱਗ ਜਾ ਮਾਤਾ ਜੀ ਮੈਂ ਜਵਾਬ ਕੱਢਿਆ। ਅੱਛਾ 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 ਇਕੱਠ ਹੋ ਜਾਂਦਾ ਬਾਲਾ। ਅੱਛਾ ਅੱਛਾ। ਮੈਂ ਜਾਂਦੇ ਰਾਹ ਦਾ ਕੰਮ ਹੈ। ਕੋਈ ਬਚਪਨ ਦੀ ਗੱਲ ਸੁਣਾਓ, ਕੋਈ ਜਵਾਨੀ ਦੀ ਗੱਲ ਸੁਣਾਓ। ਉਹ ਬਚਪਨ ਹੀ ਬਸ ਇਹੀ ਜਵਾਨੀਆਂ ਆਪਾਂ ਉਧਰੋਂ ਜਦੋਂ ਉਹ ਸਿਆਣੇ ਕਹਿੰਦੇ ਹੁੰਦੇ ਆ ਅਗੇ ਚੜੀ ਸਦੀ ਚੌਵੀਂ ਦੇਖੋ ਕੀ ਕਰਦੀ ਨੇ ਘਰ। ਹਾਂਜੀ। ਕੁੜੀਆਂ ਵਾਲੇ ਲੀੜੇ ਹੁਣ ਮੁੰਡਿਆਂ ਨੇ ਪਾ ਦੇ। ਹਾਂਜੀ ਹਾਂਜੀ। ਪਤਾ ਨਹੀਂ ਉਹ ਲੱਗਦਾ ਯਾਰ ਉਹ ਕੁੜੀ ਜਾਂਦੀ ਕਿ ਮੁੰਡਾ ਪਿਆ ਜਾਵੇ। ਹਾਂਜੀ। ਬੁਰਕੇ ਤਾਂ ਲਾ ਕੇ ਰੱਖਦੇ, ਨਕਾਬ ਮੂੰਹਾਂ ਨੂੰ ਵੀ ਪਾ ਲਾ ਦੇ। ਹਾਂਜੀ। ਨੇਕੀਆਂ ਨੂੰ ਛੱਡ ਕੇ ਦੁਨੀਆਂ ਬਦ ਵਧੀਆਂ ਜਾਵੇ ਜੀ ਜੀ। ਮਜਾਇਦ ਹੁਣ ਚੱਲ ਪਏ ਕੁੜੀ ਮੁੰਡਿਆਂ ਨੇ ਬੋਝਾਂ 'ਚ ਪਾ ਦੇ। ਹਾਂਜੀ। ਬਹਿ ਕੇ ਬੱਚੇ ਰਸਕਿਆਂ ਚਾਰੋ ਡੰਬਰ ਸਹੀ ਸਹੀ ਮਿਲਾ ਦੇ, ਮਾਪੇ ਕੀ ਕਰਨ ਰੱਖੀਆਂ ਯਾਰ ਸਭ ਬੋਝਾਂ 'ਚ ਪਾ ਦੇ। ਹਾਂਜੀ ਵਾਹ ਵਾਹ। ਚਾਰ ਸਪੀਰੀਆਂ ਕੇ ਨਜ਼ਰਾਂ ਮਾਰ ਕੇ ਦੇਖ ਲਾ, ਦੇਖਦੇ ਮੈਂ ਤਾਂ ਮਿਲਾ ਦੇ ਦੇਖਿਆ ਬੱਚੇ ਸੀ ਇਸੇ ਕੱਚੀ ਹੇਠ ਨਜ਼ਰ ਨਾ ਹੋਵੇ ਜੀ ਜੀ। ਵੀ ਹੁਣ ਕਿਆਮਤ ਦਾ ਦਿਨ ਕੱਚੀ ਹੇਠ ਨਹੀਂ ਹੋਊਗੀ ਸੀ ਜੀ ਜੀ। ਤੇ ਚਾਰਜ ਪੈ ਗਿਆ ਕਿ ਨਿਗਾਹ ਮਾਰ ਕੇ ਦੇਖ ਲਾ ਮਾਜੀ ਦੀ ਮਾਜਦ ਪਈ ਨਜ਼ਰੀਆ ਵੀ ਬੂਹਾ ਖੋਲ ਕੇ ਦੇਖ ਲਓ ਮਾਜੀ ਦੇਖਦੇ ਨੇ ਚਾਰ ਜੀ ਜੀ। ਹੁਣ ਕਿਆਮ ਚ ਕਿਵੇਂ ਨਾ ਹੋ ਜੀ ਜੀ ਜੀ। ਮਜਾਇਦ ਹੁਣ ਚੱਲ ਪਏ ਜਾ ਰਿਹਾ ਨਾ ਖੰਮਾ ਨਾ ਤਾਰ ਰਹੇ ਇਹਨਾਂ ਨੂੰ ਗੱਲ ਗਨੈਣ ਚੁੱਪ ਜਾਵੇ ਰੱਬ ਨੂੰ ਉਪੜ ਪਈ ਦੁਨੀਆ ਯਾਰ ਹੁਣ ਕਿਆਮ ਚ ਕਿਵੇਂ ਨਾ ਹੋ ਨਹੀਂ ਉਪੜੀ ਐ ਮਾੜਾ ਜਿਹਾ ਬਟਨ ਦੱਬ ਤੇ ਗਲੈਣ ਚ। ਹਾਂਜੀ ਹਾਂਜੀ। ਕੁਦਰਤ ਵਾਲਾ ਤੇ ਤੁਹਾਨੂੰ ਪਤਾ ਨਹੀਂ ਇਹ ਕੱਢਿਆ ਕੀ ਨਹੀਂ ਹੈ, ਕੱਢਿਆ ਕੀ ਨਹੀਂ ਹੈ, ਕੱਢਿਆ ਕਿ ਨਹੀਂ, ਇੰਨੀ ਸਮਝ ਇੰਨੀ ਅਕਲ ਉਹਨੇ ਕਿੱਥੋਂ ਲਿਆਂਦੀ? ਹਾਂਜੀ ਬਾਬੇ ਸੱਚ ਵਾਲੀ ਗੱਲ। ਉਹ ਪਰਸੋਂ ਇੱਥੇ ਆ ਅਫਸਰ ਆ ਗਏ ਲੋਕ। ਅੱਛਾ। ਉਹ ਆ ਪਲਾਟ ਹੀ ਚੈੱਕ ਕਰਨ। ਅੱਛਾ। ਉਹ ਜਿਹੜਾ ਸਿਆਣਾ ਸੀ ਨਾ ਬਾਬਾ, ਚੰਗਾ ਪੱਲਾ ਸਿਆਣਾ ਸੀ ਜੀ ਜੀ। ਉਹ ਆਹਦਾ ਵੀ ਸਾਨੂੰ ਇਹ ਹੈਰਾਨਗੀ ਹੈ ਜੀ ਜੀ, ਬਾਜੇ ਨਮਾਜ਼ ਨੂੰ ਪੜ੍ਹ ਕੇ ਸੋਚੀ ਜੀ ਵੀ ਯਾਦਾ ਇੰਨੀ ਅਕਲ ਖਬੜਾ ਕਿ ਅਮੈਰੀਕਾ ਨੇ ਸੋਚੀ ਹੈ ਕਿ ਚਾਈਨਾ ਨੇ ਸੋਚੀ ਹੈ ਕਿ ਕਿਹੜੇ ਮੁਲਕ ਨੇ ਸੋਚ ਆਹ ਤਾਂ ਕਦੇ ਸੁਣੀ ਨਹੀਂ ਵੀ ਮਿਲਿਆ ਫਿਰ ਇਹਦੀ ਰਫਤਾਰ ਦੇ ਦੱਬੀ ਦੀ ਹੈ ਜੀ ਜੀ ਬਿਲਕੁਲ ਬਿਲਕੁਲ। ਮਾਲ ਵਾਲੀ ਸਿਹਤ ਮਾਲੀ ਕਰਦਾ ਪਰ ਸਾਡਾ ਕਿਆਮਾ ਦਾ ਨਹੀਂ ਗਾ ਉਹਨੇ ਕੁੜੀਆਂ ਇੱਥੇ ਪੰਜਾਬ ਦੀਆਂ ਖੇਡ ਮੈਚ ਪਏ ਆਈਆਂ। ਅੱਛਾ। ਵੱਡੇ ਵੱਡੇ ਸ਼ਾਹੂਕਾਰਾਂ ਦੀਆਂ ਕੁੜੀਆਂ ਕਾਰਾਂ ਆਪੋ ਆਪਣੀਆਂ ਲਿਆਈਆਂ। ਅੱਛਾ। ਲੈ ਕੇ ਵਿੱਚੋਂ ਕਾਰਾਂ ਦੇ ਯਾਰੋ ਬੰਨ ਕਤਾਰਾਂ ਆਈਆਂ
ਗੁੜਕੂੰ ਗੁੜਕੂੰ ਕੰਨ ਕੁੜੀਆਂ ਪਾਣੀ ਵਾਂਗ ਪਾਣੀ ਵਾਂਗ ਮੰਗਰਾਈਆਂ ਆਲਕ ਵਛੇਰੀਆਂ ਮਾਨ ਕਦਾਰੇ ਕਾਠੀਆਂ ਕਿੰਨੇ ਨਾ ਪਾਈਆਂ ਨਾ ਕੋਈ ਸੁਣਦਾ ਚਾਪ ਕੇ ਚੜਿਆ ਨਾ ਚਾਰਨਾ ਸਕਦਾ ਜੀ ਵਾਜੀ ਵਾ ਸੰਤ ਸੰਗਤ ਦੇ ਸਾਨੂੰ ਕਿੰਨੀਆਂ ਸਾਰੀਆਂ ਪੁੱਛੂ ਆਈਆਂ ਅੱਛਾ ਇਹ ਦੱਸੋ ਵਿੱਚ ਗਰਾਊਂਡ ਦੇ ਕੁੜੀਆਂ ਦਿੰਦੀਆਂ ਫਿਰ ਨੇ ਦਵਾਈਆਂ ਮਾਨ ਬਦਲਾ ਗਏ ਨਾਲ ਗਏ ਦੀ ਉੜਦੀਆਂ ਆਈਆਂ ਕੱਪ ਲੈ ਗਈਆਂ ਮੁੰਡਿਆਂ 'ਤੇ ਜਿੱਤ ਕੇ ਸਾਰੇ ਪਾਕਿਸਤਾਨ 'ਚ ਹੀ ਪੈ ਗਈਆਂ ਦਵਾਈਆਂ ਦਵਾਈਆਂ ਪੈ ਗਈਆਂ ਅੱਛਾ ਇਹ ਦੱਸੋ ਇਹ ਜੇ ਸਿੱਖ ਹੁੰਦੇ ਸੀ ਨਾ ਹਾਂ ਹਾਂ ਉਹ ਇਹੋ ਜਿਹੀਆਂ ਗੱਲਾਂ ਬੜੀਆਂ ਪਾਉਂਦੇ ਪਾਉਂਦੇ ਹੁੰਦੇ ਪੈ ਗਏ ਅੱਛਾ ਜਦੋਂ ਤੁਸੀਂ ਤੁਹਾਡਾ ਬਚਪਨ ਸੀਗਾ ਅਤੇ ਉਦੋਂ ਪਿੰਡ ਕਿਹੜਾ ਸੀ ਤੁਹਾਡਾ ਪਿੰਡ ਸ਼ੇਖੂਪੁਰਾ ਸੀ ਸ਼ੇਖੂਪੁਰਾ ਸੀਗਾ ਯਾਨੀ ਤੁਸੀਂ ਹਿੰਦੁਸਤਾਨ 'ਚ ਹੋ ਹਿਜਰਤ ਕਰਕੇ ਨਹੀਂ ਆਏ ਹੈ ਸ਼ਹਿਰ ਤੋਂ ਦੋ ਕੁ ਮੀਲ ਬਾਅਦ ਸੀ ਅੱਛਾ ਉਦੋਂ ਹਿੰਦੂ ਸਿੱਖ ਇਕੱਠੇ ਰਹਿੰਦੇ ਸਨ ਹਾਂਜੀ ਹਿੰਦੂ ਸਿੱਖ ਇਕੱਠੇ ਰਹਿੰਦੇ ਸੀ ਆਪਸ 'ਚ ਬਹੁਤ ਇਕੱਠੇ ਹੀ ਅਤੇ ਤੁਹਾਨੂੰ ਯਾਦ ਆਉਂਦੇ ਆ ਇੱਕ ਤਾਂ ਕੰਮ ਕਰਨਾ ਸਾਰਿਆਂ ਨੇ ਉੱਥੇ ਸਿੱਖਾਂ ਨੇ ਵੀ ਹਿੰਦੂਆਂ ਨੇ ਵੀ ਜੀ ਜੀ ਅਤੇ ਆਪਾਂ ਵੀ ਮੁਸਲਮਾਨਾਂ ਨੇ ਅਤੇ ਤੁਹਾਨੂੰ ਯਾਦ ਆਉਂਦੇ ਨੇ ਉਸ ਵੇਲੇ ਦੇ ਹਾਣੀ ਯਾਦ ਆਉਂਦੇ ਨੇ ਉਹ ਹਾਣੀ ਉਹ ਹਾਣੀ ਤਾਂ ਸੀਗੇ ਕਿਹੜੇ ਕਿਹੜੇ ਕੋਈ ਨਾਂ ਯਾਦ ਆਉਂਦੇ ਤੈਨੂੰ ਪਤਾ ਉਹ ਬਚਪਨ ਦੇ ਹਾਣ ਸੀ ਹੁਣ ਤਾਂ ਰਹਿ ਗਏ ਲੇਕਿਨ ਕੋਈ ਯਾਦ ਆਉਂਦੇ ਨਾ ਹੁਣ ਨਹੀਂ ਕਦੇ ਯਾਦ ਨਹੀਂ ਆਉਂਦੇ ਅੱਛਾ ਅੱਛਾ ਇਹ ਦੱਸੋ ਕਿ ਉਦੋਂ ਦਾ ਵੇਲਾ ਚੰਗਾ ਸੀ ਜਾਂ ਹੁਣ ਦਾ ਵੇਲਾ ਚੰਗਾ ਉਹ ਵੇਲਾ ਚੰਗਾ ਸੀ ਆ ਨਹੀਂ ਚੰਗਾ ਅੱਛਾ ਮਸਲਾ ਕੀ ਸੀ ਹੁਣ ਕੋਈ ਚੀਜ਼ ਨੂੰ ਦੇਖਦਾ ਵੀ ਐਂ ਹੱਥ ਨਹੀਂ ਲੱਗਦਾ ਜੀ ਜੀ ਇੱਕ ਇੱਕ ਸ਼ਾਦੀ ਕਰ ਲਾ ਅਤੇ ਮਕਾਨ ਪਾ ਲਾ ਅਤੇ 10 ਰੁਪਏ ਦਾ ਤਾਪ ਨਹੀਂ ਆਉਂਦਾ ਅੱਛਾ 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 ਅਤੇ ਉੱਥੇ ਵੀ ਦੇਖਦਾ ਵੀ 50 ਮਣ ਛੋਲੇ ਲੈ ਕੇ ਗਏ ਹਾਂਜੀ ਸ਼ਹਿਰ 50 ਮਣ ਛੋਲਿਆਂ ਦੇ ਪਤਾ ਨਹੀਂ ਕਿੰਨੇ ਵੱਟ ਕੇ ਲਏ ਅਤੇ 10 ਮਰਲੇ ਥਾਂ ਆਇਆ ਅੱਛਾ ਅੱਛਾ 50 ਮਣ ਛੋਲਿਆਂ 50 ਮਣ ਛੋਲੇ ਵੇਚ ਕੇ 10 ਮਰਲੇ ਥਾਂ ਲੈ ਲਿਆ ਅੱਛਾ ਅੱਛਾ ਹੁਣ ਦਾ ਜਿਹੜਾ ਜ਼ਮਾਨਾ ਵਾ ਉਹ ਵਾ ਕਰ ਆਹ ਹੁਣ ਆ ਜੇ ਕਿੱਡੇ ਨਾ ਹਾਂਜੀ ਸਰਦਾਰ ਆਦਮੀ ਸੀ ਹਾਜੀ ਸੀ ਉਹ ਵੀ ਹਾਂਜੀ ਹਾਂਜੀ ਅਤੇ ਗੱਡੀਆਂ ਵੀ ਚੱਲਦੀਆਂ ਸੀ ਜੀ ਜੀ ਅੱਗੇ ਜਿੱਦਾਂ ਸੀ ਉਹਦੇ ਸੀ ਜੀ ਜੀ ਇਹ ਫਿਰ ਹੁਣ ਉਹਨੇ ਵੇਚਣੇ ਸ਼ੁਰੂ ਕਰਤੇ ਬਸ ਦੋ ਕੁ ਕਿੱਲੇ ਰਹਿ ਗਏ ਤਾਂ ਨਹੀਂ ਆ ਉਹਦੀ ਜ਼ਮੀਨ ਹੈ ਸਾਰੀ ਅੱਛਾ ਅੱਛਾ ਹੁਣ ਇਹ ਬਹੁਤ ਦੂਰ ਉੱਚੇ ਜਾ ਰਹੇ ਹੈ ਅੱਛਾ ਇਹ ਹੁਣ ਚਿਲਮ ਭਰ ਲਈ ਅੱਛਾ ਹੁਣ ਸਾਨੂੰ ਖਿੱਚ ਕੇ ਦਿਖਾਓ ਕਿਵੇਂ ਖਿੱਚਦੇ ਹੋ ਹਾਂਜੀ ਹਾਂਜੀ ਉਹ ਹੁਣ ਪੀਂਦੇ ਰਹਿਣਾ ਆਪਾਂ ਸਾਹਮਣੇ ਉੱਥੇ ਮੰਜੇ 'ਤੇ ਪੈ ਜਾਣਾ ਬਸ ਜੀ ਜੀ ਮੁੰਡਿਆਂ ਲਓ ਜੀ ਹੁੱਕਾ ਤਿਆਰ ਹੋ ਗਿਆ ਜੀ ਅੱਗ ਤਿਆਰ ਹੋ ਗਈ ਆ ਇਹਦੇ ਵਿੱਚ ਤੰਬਾਕੂ ਪਾਇਆ ਇਸ ਟੋਪੀ ਦੇ ਵਿੱਚ ਨਾਲ ਪਾਇਆ ਗੁੜ ਅਤੇ ਅੱਗ ਗੋਹਿਆਂ ਦੀ ਅੱਗ ਲਾ ਕੇ ਅਤੇ ਹੁਣ ਬਜ਼ੁਰਗਾਂ ਹੁੱਕਾ ਧਰ ਲਿਆ ਵਾ ਅਤੇ ਹੁਣ ਖਿੱਚਣਗੇ ਧੂੰਆਂ ਕੱਢਣਗੇ ਦਾ ਸ਼ਾਮਲੇ ਤਾਈ ਜੀ ਜੀ ਮੁੰਡੇ ਆਉਣ ਵਾਲੇ ਫਿਰ ਉਹਨਾਂ ਨੇ ਅੱਛਾ ਅੱਛਾ ਲੱਗ ਜਾਣਾ ਫਿਰ ਤੁਹਾਨੂੰ ਦੱਸਣਾ ਦਾ ਸਵਾਦ ਕੀ ਆ ਰੋਟੀ ਬਿਨਾ ਗੁਜ਼ਾਰਾ ਹੋ ਸਕਦਾ ਚਾਹ ਬਿਨਾ ਗੁਜ਼ਾਰਾ ਇਹ ਤੋਂ ਬਿਨਾ ਗੁਜ਼ਾਰਾ ਨਹੀਂ ਇਹ ਤੋਂ ਬਿਨਾ ਨਹੀਂ ਅੱਛਾ 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 ਇਹਦੇ ਜੀ ਲਗਾ ਨਾ ਅੱਛਾ ਉਹ ਤੇ ਜੇ ਚੰਗਾ ਭਰ ਕੇ ਘੁੱਟ ਕੱਢੋ ਤੇ ਬਹੁਤ ਸਵਾਦ ਆਉਂਦਾ ਨਹੀਂ ਰਸਮਾਈ ਪੀਂਦਾ ਤੁਰੇ ਆਵਾ ਅੱਛਾ ਰਸਮਾਈ ਫਿਰ ਸਵਾਦ ਅੱਛਾ ਉਹ ਤਾਂ ਫਿਰ ਤੂੰ ਇਹਦੇ ਬਲੂੜੇ ਨੇ ਅੱਛਾ ਉੱਥੇ ਆ ਬਲੋਚਿਸਤਾਨ ਚੱਲਿਆ ਗਿਆ ਮੈਂ ਡੇਰੇ ਕਾਜੀ ਖਾਂ ਜੀ ਜੀ ਮੋਟਰਾਂ ਪਾਣੀ ਵਾਲੀਆਂ ਇਹ ਸਪਲਾਈ ਵਾਲੀਆਂ ਅੱਛਾ ਇਹਨਾਂ ਦੇ ਵਿੱਚ ਚਲੇ ਗਏ ਇਸ ਮਹਿਕਮੇ 'ਚ ਜੀ ਜੀ ਉਹ ਤੰਬਾਕੂ ਐਸੇ ਨੇ ਚਾਂਸੇ ਦੀਆਂ ਅੱਛਾ ਜੀ ਆਪਣੇ ਵਾਲੇ ਨਹੀਂ ਹੁੱਕੇ ਅੱਛਾ ਉਹ ਉਹਦੇ 'ਤੇ ਇੰਨੀ ਕੁ ਚੁਟਕੀ ਉਹਨਾਂ ਨੇ ਬਟੂਏ ਜੇ ਚੁਗੜਨੀ ਅੱਛਾ ਅੱਜ ਕੇ ਉੱਤੇ ਪਾਉਣੀ ਅਤੇ ਉੱਤੇ ਕੋਲਾ ਰੱਖਣਾ ਦੋਏ ਸੂਟੇ ਮਾਰਨੇ ਅਤੇ ਢੇਜੀ ਕਰਨੇ ਅਤੇ ਹੋ ਜਾਂਦੇ ਅੱਛਾ 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 ਉਹ ਮਾਇਆ ਇੱਥੋਂ ਲੈ ਗਿਆ ਹੁੱਕੀ ਬਣਾ ਕੇ ਅੱਛਾ ਸ਼ਹਿਰੋਂ ਨਵੀਂ ਹੋਈ ਜੀ ਜੀ ਅਤੇ ਇਹ ਸਟੀਡੀਓ ਕਰਨ ਲੱਗਾ ਬਸ਼ੀਰ ਇਹ ਹੁੱਕੀ ਕਿਸੇ ਨੇ ਇੱਥੇ ਨਹੀਂ ਰਹਿਣੇ ਸਟੀਡੀਓ ਜੇ ਆਪਣਾ ਹੀ ਬੰਦਾ ਸੀ ਅੱਛਾ ਜੀ ਅਤੇ ਉਹ ਮੈਂ ਕੋਠੀ 'ਚ ਚੱਲਿਆ ਗਿਆ ਉਹਦਾ ਸਿਰਫ ਤੇਰਾ ਕੰਮ ਇਹੀ ਹੈ ਜੀ ਜੀ ਤਨਖਾਹ ਤੂੰ ਆਪਣੀ ਲਿਆਉਣੀ ਦਫ਼ਤਰੋਂ ਜੀ ਜੀ ਤੇਨੇ ਸਿਰਫ ਫੋਨ ਹੀ ਸੁਣਨੇ ਆ ਬਸ ਜੀ ਜੀ ਵੀ ਹੁਣ ਡੇਰੇ ਕਾਜੀ ਖਾਂ ਤੋਂ ਆਇਆ ਜਾਂ ਬਾਬੂ ਸੁਲਤਾਨ ਤੋਂ ਆ ਜਾਂ ਕਿੱਥੋਂ ਆ ਕਿੱਥੋਂ ਨਹੀਂ ਆਇਆ ਜਾਂ ਬਾਹਲਾ ਤਾਂ ਮੁਲਤਾਨ ਇਹਨਾਂ ਦਾ ਪ੍ਰੋਗਰਾਮ ਸਾਰਾ ਮੁਲਤਾਨ ਸੀ ਇੱਥੇ ਹੀ ਆਉਂਦਾ ਅਤੇ ਤੂੰ ਸਿਰਫ ਆਪਣੇ ਬਸ ਖਬਰਾਂ ਹੀ ਸੁਣਨੀਆਂ ਵੀ ਫਲਾਨਾ ਕਿੱਥੋਂ ਆ ਅਤੇ ਫਲਾਨਾ ਕਿੱਥੋਂ ਕਿਉਂ ਆਪ ਦੌੜਿਆ ਅਤੇ ਅਫਸਰਾਂ ਨੇ ਚੜ੍ਹੇ ਰਹਿਣਾ ਉਹ ਸ਼ਾਮ ਨੂੰ ਮਾਰ ਕੇ ਮੈਂ ਸਾਰੇ ਦੱਸ ਦੇਣ ਵੀ ਫਲਾਣੀ ਤੋਂ ਇਸ ਤਰ੍ਹਾਂ ਅੱਛਾ ਹੁਣ ਜ਼ਿੰਦਗੀ ਕਿਵੇਂ ਗੁਜ਼ਰਦੀ ਪਈ ਤੁਹਾਡੀ ਬਸ ਜ਼ਿੰਦਗੀ ਹੁਣ ਕਿਹੜੀ ਆ ਹੁਣ ਤਾਂ ਬਸ ਠੀਕ ਕੰਮ ਹੁਣ ਪੁੱਜਿਆ ਖੜਾ ਫਿਰ ਦੋਗੇ ਥੋੜ੍ਹੀ ਚੀਜ਼ ਸੀ ਥੋੜ੍ਹੇ ਕਾਰੋਬਾਰ ਕੀਤੇ ਬੜੇ ਕਾਰੋਬਾਰ ਕੀਤੇ ਹੁਣ ਪੁੱਜ ਗਈ ਜ਼ਿੰਦਗੀ ਹਾਂ ਉਹ ਪੁੱਜੀ ਹੁਣ ਅੱਛਾ ਮੈਂ ਥੱਕੇ ਕਹਿੰਦੇ ਮੈਂ ਹੁਣ ਚੌਥਾ ਸਾਲ ਹੋ ਗਿਆ ਤੀਜਾ ਹਾਂ ਆਪਦੇ ਮੁਰੱਬੇ ਨਹੀਂ ਮੈਂ ਤੂੰ ਜਾ ਹੋ ਗਿਆ ਅੱਛਾ ਮੈਂ ਰੇਹੜੀਆਂ ਵੀ ਦੇਖਦਾ ਦੋ ਜਾਣੀਆਂ ਅਤੇ ਹੁੱਕਾ ਪੀਣਾ ਤੱਕ ਨਹੀਂ ਆਉਂਦੀ ਨਹੀਂ ਬਗੇ ਨਹੀਂ ਹੁੱਕਾ ਪੀਣਾ ਤੱਕ ਨਹੀਂ ਆਉਂਦੀ ਹਾਂ ਚਾਹ ਸੌਂਦੀ ਚਾਹ ਸੌਂਦੀ ਆ ਹੁੱਕਾ ਪੀਣਾ ਚਾਹ ਨਾਲ ਹੀ ਰਹਿ ਜਾਈ ਰੇਹੜੀ ਦੇ ਕੇ ਉੱਥੇ ਟਾਲੀਆਂ ਨਲਕੇ ਲੱਗੇ ਮਾਸ਼ਾਅੱਲਾ ਅੱਛਾ ਅਤੇ ਟਾਲੀਆਂ ਦੀ ਸ਼ਾਮ ਬਹੁਤ ਹੈ ਅੱਛਾ ਇਹ ਹੁੱਕੇ ਉੱਤੇ ਨਹੀਂ ਕਿਸੇ ਕੋਈ ਸ਼ੇਰ ਆਖੇ ਹੁੱਕੇ 'ਤੇ ਹੈ ਹੁੱਕੇ ਉੱਤੇ ਕਿਸੇ ਇਸ਼ਾਰੀ ਨਹੀਂ ਕੀਤੀ ਹੁੱਕੇ 'ਤੇ ਕੋਈ ਸ਼ੇਰ ਨਹੀਂ ਆਖੇ ਨਹੀਂ ਨਹੀਂ ਹਾਂ ਹੁੱਕੇ 'ਤੇ ਨਹੀਂ ਜਿਸ ਅੱਗੇ ਤੁਸੀਂ ਸੁਣਾਇਆ ਵਾ ਨਹੀਂ ਇਹ ਨਹੀਂ ਆਪਾਂ ਅੱਛਾ ਅੱਛਾ ਚਲੋ ਫਿਰ ਚਲੋ ਬਹੁਤ ਸ਼ੁਕਰੀਆ ਜਿੰਦੇ ਵਾਸਤੇ ਰਹੋ ਬਹਿ ਜਾਓ ਹੁਣ ਫਿਰ ਜਾਣਾ ਨਹੀਂ ਤੁਹਾਡੇ ਕੋਲ ਹੀ ਹਾਂ ਜੀ ਹਾਂ ਮੰਜਾ ਡਾ ਸ਼ਾਮੇ ਬੈਠੋ ਮੁੰਡੇ ਚਲੋ ਬਹੁਤ ਸ਼ੁਕਰੀਆ